जलंधर विखे उस समय तरथली मच गई जदों छोटा हाथी चला रहे ड्राइवर ने अगे जा रही कार नूं भयानक टक्कर मार दी, जिसके बाद हंगामा हो गया। कार चालक अंकित सैनी ने दसिया कि ट्रैफिक होने के कारण उन्होंने कार हौली चल रही थी। इन्ने च ही पिछों आए छोटे हाथी सवार चालक ने उन्होंने कार नूं टक्कर मार दी, जिस नाल उन्होंने कार अगली कार के नाल जा टकराई, जिसके बाद छोटा हाथी चला रहे सरदार ड्राइवर ने उन्हां नाल झगड़ा करना शुरू कर दिता। हादसे का शिकार हुई दूसरी कार के ड्राइवर विशाल ठक्कर ने कहा कि छोटा हाथी चला रहे ड्राइवर ने शराब पीती हुई सी। ਬਟ ਮੈਂ ਕੀ ਨਾਮ ਆਪਣਾ ਸਰ ਮੇਰਾ ਨਾਮ ਅੰਕਿਤ ਸੈਣੀ ਹੈ ਕੀ ਹੋਇਆ ਕੀ ਮੈਟਰ ਦੱਸੋਗੇ ਸਰ ਆਪਾਂ ਜਿੰਮ ਤੋਂ ਘਰ ਜਾ ਰਹੇ ਸੀਗੇ ਤੇ ਬੰਦੇ ਨੇ ਪਿੱਛੋਂ ਜੀ ਟੈਂਪੂ ਮਾਰਿਆ ਲੈ ਕੇ ਗੱਡੀ ਸਪੀਡ ਇੰਨੀ ਜ਼ਿਆਦਾ ਸੀਗੀ ਸਾਡੀ ਗੱਡੀ ਅੱਗੇ ਖੜੀ ਹੋਈ ਗੱਡੀ ਦੇ ਵਿੱਚ ਕੋਲਾਈਡ ਹੋਈ ਹੈ ਦੋ ਵਾਰ ਗੱਡੀ ਵੱਜੀ ਹੈ ਤੇ ਸਰ ਉਹਦੀ ਗੱਡੀ ਸਿਲੰਡਰ ਵੇਚ ਕੇ ਗੱਡੀ ਸਿਲੰਡਰਾਂ ਤੇ ਸੀਗੀ ਜਦ ਸਿਲੰਡਰ ਫੜ ਜਾਂਦਾ ਜਾਂ ਕਿ ਬੰਦਾ ਥੱਲੇ ਆਏ ਤਾਂ ਕੀ ਜਿਹੜੀ ਤੁਹਾਡੀ ਕਾਰ ਸਿਲੰਡਰ ਲਈ ਨਹੀਂ ਨਹੀਂ ਸਰ ਜਿਹੜੀ ਅੱਗੇ ਗੱਡੀ ਸੀ ਉਹ ਸਿਲੰਡਰ ਸੀਗੀ ਅੱਛਾ ਜੀ ਜਿਹੜੀ ਮੇਰੀ ਗੱਡੀ ਸੀਗੀ ਸਰ ਉਹ ਪਿੱਛੋਂ ਦੋਨੋਂ ਸਾਈਡ ਡੈਮੇਜ ਹੋ ਗਈ ਠੀਕ ਹੈ ਤੇ ਬੰਦਾ ਭੱਜ ਰਿਹਾ ਸੀ ਉਲਟਾ ਤੇ ਜਿਹੜਾ ਆ ਛੋਟਾ ਦੇ ਲੈ ਡਰਿੰਕ ਵਗੈਰਾ ਕੀਤੀ ਉਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੈ ਸਰ ਸਗੋਂ ਉੱਪਰ ਕੇ ਲੜਦਾ ਪਿਆ ਸਾਡੇ ਨਾਲ ਸਾਨੂੰ ਕਹਿ ਰਿਹਾ ਮੈਂ ਕੀ ਕੀਤਾ ਸਰਦਾਰ ਅਜ਼ਰ ਦੇਖੋ ਸਰਦਾਰਾਂ ਦੇ ਨਾਂ ਤੇ ਆ ਕੁਝ ਕਰਦੇ ਪਏ ਆ ਇਹ ਤੇ ਪੁਲਿਸ ਕੰਪਲੇਂਟ ਕੀਤੀ ਸੀ ਪੁਲਿਸ ਕੰਪਲੇਂਟ ਕੀਤੀ ਸਰ ਪੁਲਿਸ ਆਈ ਆ ਹੁਣ ਕਿੰਨਾ ਨੁਕਸਾਨ ਟਾਈਮ ਤੇ ਆਏ ਆ ਕਿੰਨਾ ਨੁਕਸਾਨ ਆ ਬਾਈ ਸਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਗੱਡੀਆਂ ਬਹੁਤ ਜੋਰ ਦੀ ਬੱਚੀਆਂ ਵੀ ਖੜੀ ਗੱਡੀ ਸੀ ਤੁਹਾਡੀ ਸਰ ਟ੍ਰੈਫਿਕ ਸੀਗਾ ਪਲੇਨ ਲੱਗੀ ਸੀ ਗੱਡੀ ਖੜੀ ਸੀ ਬੰਦੇ ਨੇ ਪਿੱਛੋਂ ਤੇਜ਼ ਆ ਕੇ ਟੈਂਪੂ ਮਾਰਿਆ ਵਿੱਚ ਕਿੱਥੇ ਰਹਿੰਦੇ ਹੋ ਮੈਂ ਸਰ ਨਿਊ ਬਸ਼ੀਰਪੁਰ ਰਹਿੰਦਾ ਜੀ ਸਰ ਟ੍ਰੈਫਿਕ ਹੈਗਾ ਸੀਗਾ ਆਪਾਂ ਸਲੋ ਸਪੀਡ ਤੇ ਜਾ ਰਹੇ ਸੀਗੇ ਅਗਲੇ ਗੱਡੀਆਂ ਨੂੰ ਫੋਲੋ ਕਰਦੇ ਪਏ ਸੀਗੇ ਤੇ ਇੱਕਦਮ ਅੱਗੇ ਦੀ ਗੱਡੀ ਨੇ ਬ੍ਰੇਕ ਮਾਰੀ ਅਤੇ ਪਿੱਛੋਂ ਦੀ ਅਸੀਂ ਗੱਡੀ ਰੁਕੀ ਹੋਈ ਸੀ ਖੜੀ ਗੱਡੀ ਦੇ ਪਿੱਛੋਂ ਦੀ ਆ ਕੇ ਆਪਣਾ ਮਰੀਜ਼ ਜਿਹੜੀ ਗੱਡੀ ਦੀ ਬੈਕ ਤੇ ਸੀ ਉਹਨੇ ਲਿਆ ਕੇ ਮੈਨੂੰ ਹਿੱਟ ਕੀਤਾ ਓਕੇ ਬਾਅਦ ਜਦੋਂ ਅਸੀਂ ਉਤਰ ਕੇ ਦੇਖਿਆ ਤਾਂ ਉਹ ਇੱਕ ਟੈਂਪੂ ਟਰੈਵਲਰ ਹੈਗਾ ਜਿਹੜੇ ਛੋਟੇ ਟੈਂਪੂ ਵਾਲਾ ਜਿਹਨੇ ਕਿ ਸ਼ਰਾਬ ਪੀਤੀ ਹੋਈ ਔਰ ਉਹਨੇ ਲਿਆ ਕੇ ਉਹ ਗੱਡੀ ਨੂੰ ਮੇਰੇ ਪਿੱਛੇ ਵਾਲੀ ਗੱਡੀ ਨੂੰ ਹਿੱਟ ਕੀਤਾ ਔਰ ਜਿਹੜੀ ਮੇਰੇ ਪਿੱਛੇ ਗੱਡੀ ਸੀ ਉਹਨੇ ਮੈਨੂੰ ਹਿੱਟ ਕੀਤਾ ਸਰ ਕਿੱਥੇ ਆ ਰਹੇ ਕਿੱਥੇ ਜਾ ਰਹੇ ਸੀਗੇ ਸਰ ਮੈਂ ਫੈਕਟਰੀ ਤੋਂ ਆ ਰਿਹਾ ਸੀਗਾ ਔਰ ਆਪਣੇ ਰੈਜ਼ੀਡੈਂਸ ਨੂੰ ਜਾ ਰਿਹਾ ਇਹ ਸਰ ਕਿੱਥੇ ਹੋਇਆ ਕਿੱਥੇ ਆ ਇਹ ਆਪਣਾ ਸਰ ਰਮਾਡਾ ਦੇ ਬਿਲਕੁਲ ਆਪੋਜ਼ਿਟ ਹੋਟਲ ਰਮਾਡਾ ਪੁਲਿਸ ਨੂੰ ਕੰਪਲੇਂਟ ਕਰਤੀ ਹਾਂਜੀ ਹਾਂਜੀ ਸਰ ਬੰਦਾ ਫੜਿਆ ਗਿਆ ਟੈਂਪੂ ਵਾਲਾ ਹਾਂਜੀ ਹਾਂਜੀ ਸਰ ਉਹ ਪੁਲਿਸ ਦੀ ਰਸਤੇ ਕਿੱਥੇ ਰਹਿੰਦੇ ਸਰ ਤੁਸੀਂ ਸਰ ਮੈਂ ਫ੍ਰੈਂਚ ਕਾਲਜ ਜੀਟੀ ਨਗਰ छोटा हाथी चला रहे ड्राइवर तो जदों मीडिया ने सवाल किए तो किसी भी गल का ना जवाब दे सकिया, जिसने रोंदे हुए अपनी गलती मनी ते माफ़ी मंग ली। दूजे पासे पुलिस अधिकारी सुखवंत सिंह ने कहा कि उन्होंने वालों मामले की अगली जांच की जाएगी। कितों आ रहे थे उसी? मैं भाई माल चक्के हो। कितों? की माल की कल आया? अपना फर्नीचर। ਕਿੱਥੋਂ ਲੈ ਕੇ ਆ ਰਹੇ ਜੀ? ਹਾਂਜੀ ਕਿੱਥੋਂ ਲੈ ਕੇ ਆ ਰਹੇ? ਭਾਈ ਮੈਂ ਇੱਥੇ ਲੈ ਕੇ ਆਉਂਦਾ ਬਈ ਤੇ ਪਿੱਛੋਂ ਗੱਡੀ ਵੱਜ ਗਈ। ਸੋਰੀ ਭਾਈ ਮੈਂ ਮਾਫੀ ਮੰਗਦਾ ਪਿਆ ਵਾਂ। ਤੁਹਾਡੇ ਕੋਲੋਂ ਵੱਜੀ ਗੱਡੀ ਪਿੱਛੇ? ਹਾਂਜੀ ਪਿੱਛੋਂ ਵੱਜੀ। ਤੇ ਕਿੱਥੇ ਜਾਣਾ ਸੀਗਾ? ਆਪਣੇ ਆ ਤਾਂ ਪ੍ਰੈਸ ਰਿਪੋਰਟ ਦੇ ਦੱਸ ਜੇ ਸਹੀ ਦੱਸ ਦੇ। ਕਿੱਥੇ ਜਾਣਾ? ਕਿੱਥੇ ਭਾਈ ਤੁਸੀਂ? ਤੇਰੀ ਮਦਦ ਕਰਨਗੇ। ਹਾਂਜੀ ਜਾਣਾ ਕਿੱਥੇ ਤੁਸੀਂ? ਮੈਂ ਭਾਈ ਆਪਾਂ ਜਾਣਾ ਇੱਥੇ ਆਪਣੇ ਆਪਣੇ ਆ ਸਮਾਨ ਕਿੱਥੋਂ ਲੈ ਕੇ ਆਏ ਤੁਸੀਂ? ਮੈਂ ਭਾਈ ਕਰਨਾ ਸੀ ਜੀ ਮੰਦਰ ਲੈ ਕੇ ਆਏ। ਤੇ ਗੱਡੀ ਵੱਜੀ ਕਿੱਦਾਂ? ਵੱਜੀ ਕਿੱਦਾਂ? ਬ੍ਰੇਕਾਂ ਵੱਜੀਆਂ ਭਾਜੀ ਤੇ ਗੱਡੀ ਪਿੱਛੋਂ ਵੱਜ ਗਈ। ਹੁਣ ਮੇਰੀ ਕੀ ਗਲਤੀ ਹੈ? ਮੈਂ ਉਹ ਪੁੱਛ ਦਵੇ ਮੇਰੀ ਕੀ ਗਲਤੀ? ਤੇ ਡਰਿੰਕ ਵਗੈਰਾ ਕੀਤੀ ਕੋਈ? ਹਾਂਜੀ ਡਰਿੰਕ ਕੀਤੀ ਹੈ। ਹਾਂਜੀ ਡਰਿੰਕ ਕਰਕੇ ਤੁਸੀਂ ਗੱਡੀ ਚਲਾ ਰਹੇ ਹੋ, ਤੁਹਾਨੂੰ ਨਹੀਂ ਪਤਾ ਗੱਡੀ ਨਹੀਂ ਚਲਾਉਣੀ ਚਾਹੀਦੀ ਡਰਿੰਕ ਕਰਕੇ? ਨਹੀਂ ਸਰ ਸੋਰੀ ਮੇਰੇ ਕੋਲ ਗਲਤੀ ਹੋ ਗਈ। ਗੱਡੀਆਂ ਇਹ ਕੰਪਨੀ ਵਾਲ ਸਾਈਡ ਤੋਂ ਨਾਲ ਦੇ ਚੌਂਕ ਵੱਲ ਜਾ ਰਹੀਆਂ ਸੀ ਅਤੇ ਮਗਰੋਂ ਇੱਕ ਛੋਟੇ ਹਾਥੀ ਵਾਲਾ ਆਇਆ ਜਿਹਨੇ ਮਗਰੋਂ ਆੜ ਕੇ ਹਿੱਟ ਕੀਤੀ ਹੈ। ਦੋ ਗੱਡੀਆਂ ਨੁਕਸਾਨੀਆਂ ਗਈਆਂ ਨੇ ਅਤੇ ਇਹਦੇ ਬਾਰੇ ਪੁੱਛ ਪੜਤਾਲ ਚੱਲ ਰਹੀ ਹੈ। ਜਿਹੜੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਛੋਟੇ ਹਾਥੀ ਵਾਲੇ ਨੇ ਅਤੇ ਉਹਨੂੰ ਆਪਣੇ ਅਸੀਂ ਆਪਣੇ ਕੋਲ ਬਿਠਾਇਆ ਅਤੇ ਬਾਕੀ ਇਨਕੁਆਇਰੀ ਕਰ ਰਹੀ ਹੈ। ਸਰ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀਆਂ ਦਾ? ਨੁਕਸਾਨ ਇਹ ਤਾਂ ਮਿਸਤਰੀ ਦੱਸ ਸਕਦੇ ਆ ਵੀ ਕਿੰਨਾ ਨੁਕਸਾਨ ਹੋਇਆ। ਇੱਕ ਜਿਹੜਾ ਛੋਟਾ ਹਾਥੀ ਵਾਲਾ ਸੀ ਕੀ ਜਿਹੜਾ ਸਮਾਨ ਲੋਡ ਕੀਤਾ ਕੀ ਲੈ ਕੇ ਆ ਰਿਹਾ, ਕਿੱਥੋਂ ਲੈ ਕੇ ਪਤਾ ਕੁਛ? ਇਹ ਕੰਪਨੀ ਬਾਗ ਸਾਈਡ ਤੋਂ ਲੈ ਕੇ ਆ ਰਿਹਾ ਸੀ ਅਤੇ ਅਲਮਾਰੀਆਂ ਲੱਦੀਆਂ ਇਹਦੇ ਬੈੱਡ ਲੱਦਿਆ ਅਤੇ ਇਹ ਬੱਸ ਸਟੈਂਡ ਸਾਈਡ ਨੂੰ ਜਾ ਰਿਹਾ ਸੀ। ਸਰ ਜਿੱਦਾਂ ਕਿ ਛੋਟੇ ਹਾਥੀ ਵਾਲੇ ਡਰਾਈਵਰ ਨਾਲ ਗੱਲ ਕੀਤੀ, ਉਹ ਕਹਿੰਦਾ ਮੈਂ ਡਰਿੰਕ ਕੀਤੀ, ਉਹਦੇ ਕੀ ਕਾਰਵਾਈ ਕੀਤੀ ਹੋਊਗੀ ਤੁਹਾਡੇ? ਇਹ ਜਿਹੜਾ ਇਹਦਾ ਮਲਾਇਆ ਹੋਊਗਾ, ਮਲਾਇਆ ਹੋਣ ਤੋਂ ਬਾਅਦ ਜੋ ਇਹ ਇਹਨਾਂ ਦੀ ਖਿਲਾਫ ਕਾਰਵਾਈ ਜਿਹੜੀ ਇਹ ਜੇ ਅਗਰ ਇਹਨਾਂ ਦਾ ਜੋ ਨੁਕਸਾਨ ਹੈ ਉਹ ਨੁਕਸਾਨ ਦੇਣ ਤੋਂ ਬਾਅਦ ਜੋ ਇਹਦੇ ਖਿਲਾਫ ਜਿਹੜੀ ਡਰਿੰਕ ਕੀਤੀ ਹੈ ਇਹਦੇ ਜੋ ਵੀ ਇਹ ਬਣਦੀ ਕਾਰਵਾਈ ਉਹ ਆਪਣੇ ਡਿਊਟੀ ਅਫਸਰ ਆ ਰਹੇ ਨੇ ਉਹਨਾਂ ਬੁਲਾਇਆ ਗਿਆ, ਉਹਨਾਂ ਨੇ ਆਰਤੀ ਕਰਨੀ। ਸਰ ਕੀ ਨਾਮ ਹੈ ਤੁਹਾਡਾ?
ਏਐਸਏ ਸੁਖਵੰਤ ਸਿੰਘ ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ ਬ੍ਰਿਟਿਸ਼ ਐਜੂਕੇਟਰ ਤੋਂ। ਅੱਜ ਅਸੀਂ ਯੂਕੇ ਦਾ ਇੱਕ ਹੋਰ ਵੀਜ਼ਾ ਦਿੱਤਾ ਵਾ ਸਰਵਿਸ ਵਾਲੀ ਯੋਗਾ, ਮੈਂ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਉਹ ਫਾਈਲ ਇੱਥੋਂ ਕਿਤੇ ਰਜਿਸਟਰੇਸ਼ਨ ਲਵਾਓ ਅਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ ਐਂਡ ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਇਸ ਪਾਸ ਵੀਜ਼ੇ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ ਲਈ ਬਹੁਤ ਖੁਸ਼ ਹਾਂ ਅਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਇਸ ਵੀਜ਼ੇ ਸਪਾਸ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਟ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਟ 'ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦ ਇਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ, ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ, ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗਰੈਸ ਕਰਨਾ ਚਾਹੂੰਗਾ। ਆਫਟਰ ਲੋਕਡਾਊਨ ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ, ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਅਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਅਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਔਫਿਸ ਵਿਜ਼ਿਟ ਕਰ ਸਕਦੇ।